Hello friends today i am going to share speaking part 1 topic and that is gifts so let's get started first question is what is the importance of gifts importance ki hai gifts di mahatva ki hai well gifts play a great role in our life gifts but bada role play life de giving and receiving gifts is a tradition in my country which gives immense happiness ਗਿਫਟ ਰਿਸੀਵ ਕਰਨਾ ਐਂਡ ਦੇਣਾ ਇੱਕ ਟ੍ਰੈਡੀਸ਼ਨ ਹੈ ਮੇਰੀ ਕੰਟਰੀ ਦੇ ਵਿੱਚ ਜਿਹੜੀ ਕੇ ਸਾਨੂੰ ਬਹੁਤ ਹੈਪੀਨੈਸ ਦਿੰਦੀ ਹੈ ਖੁਸ਼ੀ ਦਿੰਦੀ ਹੈ ਨੈਕਸਟ ਇਜ਼ ਇਜ਼ देयर ਐਨੀ ਪ੍ਰੈਸ਼ਰ ਔਨ ਅਸ ਟੂ ਬਾਈ ਪ੍ਰੈਜ਼ੈਂਟਸ ਕੀ ਸਾਡੇ ਤੇ ਕੋਈ ਪ੍ਰੈਸ਼ਰ ਕੋਈ ਦਵਾ ਹੁੰਦਾ ਜਦੋਂ ਅਸੀਂ ਪ੍ਰੈਜ਼ੈਂਟ ਕਿਸੇ ਲਈ ਖਰੀਦਦੇ ਹਾਂ ਗਿਫਟ ਖਰੀਦਦੇ ਹਾਂ ਨੋ ਆਈ ਡੋਨਟ ਥਿੰਕ ਸੋ ਨਹੀਂ ਮੈਨੂੰ ਨਹੀਂ ਲੱਗਦਾ ਬਟ ਸਮ ਪੀਪਲ ਫੀਲ ਸਟ੍ਰੈਸਡ ਆਊਟ ਵੈਨ ਦੇ ਬਾਈ ਗਿਫਟਸ ਫਾਰ ਆਦਰਸ because sometimes they do not do not decide which gift would be the best for them ਨਹੀਂ ਮੈਨੂੰ ਨਹੀਂ ਲੱਗਦਾ ਕਿ ਕੋਈ ਪ੍ਰੈਸ਼ਰ ਹੁੰਦਾ ਬਟ ਕਈ ਵਾਰ ਜਿਹੜੇ ਕੁਝ ਲੋਕ ਆ ਉਹ ਸਟ੍ਰੈਸਡ ਆਊਟ ਫੀਲ ਕਰਦੇ ਆ ਜਦੋਂ ਵੀ ਗਿਫਟ ਖਰੀਦਦੇ ਆ ਦੂਸਰਿਆਂ ਲਈ ਕਿਉਂਕਿ ਕਈ ਵਾਰ ਉਹਨਾਂ ਨੂੰ ਲੱਗਦਾ ਕਿ ਉਹ ਡਿਸਾਈਡ ਨਹੀਂ ਕਰ ਪਾਉਂਦੇ ਕਿ ਕਿਹੜਾ ਗਿਫਟ ਉਹਨਾਂ ਲਈ ਬੈਸਟ ਹੋਵੇਗਾ ਹਾਫਨ ਡੂ ਯੂ ਬਾਈ ਅਦਰਸ ਗਿਫਟਸ ਕਦੋਂ ਤੁਸੀਂ ਦੂਸਰਿਆਂ ਲਈ ਗਿਫਟ ਖਰੀਦਦੇ ਹੋ ਮੋਸਟਲੀ ਆਈ ਬਾਈ ਪ੍ਰੈਜ਼ੈਂਸ ਫਾਰ ਆਦਰਸ ਔਨ ਸਪੈਸ਼ਲ ਓਕੇਜਨਸ ਮੋਸਟਲੀ ਮੈਂ ਦੂਸਰਿਆਂ ਲਈ ਸਪੈਸ਼ਲ ਓਕੇਜਨਸ ਤੇ ਗਿਫਟ ਖਰੀਦਾਂ ਲਾਈਕ ਵੈਡਿੰਗ ਐਨੀਵਰਸਰੀਜ਼ ਬਰਥਡੇਜ਼ ਐਂਡ ਔਨ ਫੈਸਟੀਵਲਸ ਜਿਵੇਂ ਕਿ ਕੋਈ ਖਾਸ ਓਕੇਜਨ ਹੁੰਦਾ ਹੈ ਬੈਡਿੰਗ ਐਨੀਵਰਸਰੀ ਜਨਮ ਦਿਨ ਐਂਡ ਫੈਸਟੀਵਲ ਤਿਹਾਰ ਤੇ ਆਈ ਆਲਸੋ ਬਾਈ ਗਿਫਟਸ ਲਾਈਕ ਫਰੂਟਸ ਵੈਨ ਆਈ ਵਿਜ਼ਿਟ ਮਾਈ ਕਿਥਨ ਕਿ ਮੈਂ ਉਦੋਂ ਵੀ ਕੁਝ ਗਿਫਟ ਖਰੀਦਾਂ ਜਿਵੇਂ ਕਿ ਫਰੂਟਸ ਖਰੀਦਾਂ ਜਦੋਂ ਮੈਂ ਮੇਰੇ ਕਿਥਨ ਕਿ ਨੂੰ ਵਿਜ਼ਿਟ ਕਰਦਾ ਡੂ ਯੂ ਲਾਈਕ ਟੂ ਸੈਂਡ ਐਕਸਪੈਂਸਿਵ ਗਿਫਟਸ ਕੀ ਤੁਹਾਨੂੰ ਐਕਸਪੈਂਸਿਵ ਗਿਫਟ ਸੈਂਡ ਕਰਨਾ ਪਸੰਦ ਹੈ ਨੋ ਐਕਚੁਅਲੀ ਆਈ ਐਕਚੁਅਲੀ ਗਿਫਟ ਇਜ਼ ਸਮਥਿੰਗ ਵਿਚ ਐਕਸਪ੍ਰੈਸ ਆਰ ਲਵ ਫॉर ਅਦਰਸ ਸੋ ਆਈ ਡੂ ਨਾਟ ਕਨਸੀਡਰ ਮਨੀ ਅਸਲ ਵਿੱਚ ਗਿਫਟ ਇੱਕ ਇਹੋ ਜੀ ਚੀਜ਼ ਹੈ ਜੋ ਕਿ ਐਕਸਪ੍ਰੈਸ ਕਰਦੀ ਹੈ ਸਾਡਾ ਲਵ ਦੂਸਰਿਆਂ ਲਈ ਸੋ ਮੈਂ ਇਸ ਦੇ ਇਹਦੇ ਵਿੱਚ ਮਨੀ ਕਨਸੀਡਰ ਨਹੀਂ ਕਰਦਾ ਆਈ ਆਲਵੇਸ ਗਿਵ ਸਿੰਪਲ ਗਿਫਟਸ ਟੂ ਅਦਰਸ ਕਨਸੀਡਰਿੰਗ देयर ਨੀਡਸ ਮੈਂ ਹਮੇਸ਼ਾ ਸਿੰਪਲ ਗਿਫਟ ਦਿੰਨਾ ਦੂਸਰਿਆਂ ਨੂੰ ਉਹਨਾਂ ਦੀਆਂ ਨੀਡਸ ਨੂੰ ਕਨਸੀਡਰ ਕਰਕੇ ਨੈਕਸਟ ਇਜ਼ ਵਾਟ ਕਾਈਂਡਸ ਆਫ ਗਿਫਟਸ ਆਰ ਪੋਪੂਲਰ ਇਨ ਯੋਰ ਕੰਟਰੀ ਕਿਹੜੇ ਗਿਫਟ ਹੈ ਜਿਹੜੇ ਕਿ ਪੋਪੂਲਰ ਆ ਤੁਹਾਡੀ ਕੰਟਰੀ ਦੇ ਵਿੱਚ ਮੋਰਸਟਲੀ ਫਲਾਰਸ ਆਰ ਕਵਾਈਟ ਪੋਪੂਲਰ ਮੋਰਸਟਲੀ ਜਿਹੜੇ ਫਲਾਰਸ ਹੈ ਫੁੱਲ ਦੇ ਨਾਲ ਲੋਕਾਂ ਨੂੰ ਬਹੁਤ ਪਸੰਦ ਆ ਗਰਲਸ ਲਾਈਕ ਟੂ ਰੀਸੀਵ ਪਰਫਿਊਮਸ ਜੁਐਲਰੀ ਐਂਡ ਹੈਂਡਬੈਗਸ ਵੇਅਰ ਐਸ ਬॉयਜ਼ ਲਾਈਕ ਇਲੈਕਟ੍ਰੋਨਿਕ ਆਈਟਮਸ ਐਂਡ ਵਾਚਸ ਜਿਹੜੀਆਂ ਲੜਕੀਆਂ ਹੁੰਦੀਆਂ ਗਰਲਸ ਉਹਨਾਂ ਨੂੰ ਰੀਸੀਵ ਕਰਨਾ ਪਸੰਦ ਆ ਪਰਫਿਊਮਸ ਜੁਐਲਰੀ ਐਂਡ ਹੈਂਡਬੈਗਸ ਹੁੰਦੇ ਆ ਜਦਕਿ ਜਿਹੜੇ ਬॉयਜ਼ ਆ ਉਹਨਾਂ ਲਾਸਟ ਕੁਐਸਚਨ ਇਜ਼ ਵਾਈ ਡੂ ਪੀਪਲ ਸੈਂਡ ਗਿਫਟਸ ਪੀਪਲ ਜਿਹੜੇ ਕਿਉਂ ਗਿਫਟ ਜਿਹੜੇ ਸੈਂਡ ਕਰਦੇ ਆ ਪੀਪਲ ਸੈਂਡ ਗਿਫਟਸ ਟੂ ਸ਼ੋ देयर ਲਵ ਫॉर ਅਦਰਸ ਲੋਕ ਹੈ ਜਿਹੜੇ ਗਿਫਟ ਦਿੰਦੇ ਆ ਸੈਂਡ ਕਰਦੇ ਆ ਉਹਨਾਂ ਦਾ ਲਵ ਸ਼ੋ ਕਰਨ ਲਈ ਦੂਸਰਿਆਂ ਪ੍ਰਤੀ ਮੋਰ ਓਵਰ ਦੇ ਵਾਂਟ ਟੂ ਮੇਕ ਸਟਰੋਂਗਰ ਬੌਂਡਸ ਵਿਦ देयर ਕਿਥਨ ਕਿਨ ਐਂਡ ਆਲਸੋ ਦੇ ਫੀਲ ਥ੍ਰਿਲਡ ਆਫਟਰ ਸ਼ੇਅਰਿੰਗ ਗਿਫਟਸ ਇਸ ਤੋਂ ਇਲਾਵਾ ਉਹ ਆਪਣਾ ਜਿਹੜਾ ਬੌਂਡ ਹੈ ਆਪਣਾ ਜਿਹੜਾ ਰਿਸ਼ਤਾ ਮਜ਼ਬੂਤ ਕਰਨਾ ਚਾਹੁੰਦੇ ਹੁੰਦੇ ਆਪਣੇ ਕਿਥਨ ਕਿਨ ਦੇ ਨਾਲ ਰਿਲੇਟਿਵਸ ਐਂਡ ਫਰੈਂਡਸ ਦੇ ਨਾਲ ਐਂਡ ਆਲਸੋ ਉਹ ਬਹੁਤ ਹੀ ਥ੍ਰਿਲਡ ਫੀਲ ਕਰਦੇ ਆ ਹੈਪੀ ਐਂਡ ਐਕਸਾਈਟਡ ਫੀਲ ਕਰਦੇ ਆ ਜਦੋਂ ਉਹ ਗਿਫਟ ਸ਼ੇਅਰ ਕਰਦੇ ਆ ਸੋ ਗਾਇਸ ਦੈਟਸ ਆਲ ਥੈਂਕਸ ਫॉर ਵਾਚਿੰਗ ਮਾਈ ਵੀਡੀਓ